ਕਮੇਟੀ ਦਾ ਹੋ ਗਿਆ ਸਾਰਿਆਂ ਨੇ ਇਕੱਠਿਆਂ ਦੇ ਕਿਹਦਾ ਮਰਡਰ ਹੋਇਆ ਅਤੇ ਕਿਵੇਂ ਹੋਇਆ? ਰਾਤ ਦੀ ਸਾਰੀ ਡਿਟੇਲ। ਰਾਤ ਮੈਂ ਘਰ ਸੀਗਾ ਜੀ, ਸਰਕਾਰੀ ਕਵਾਟਰ 'ਚ ਜੀ, ਇੱਥੇ ਮੇਰੀ ਰਹਾਇਸ਼ ਆ ਜੀ 137 ਨੰਬਰ 'ਚ ਜੀ। ਮੇਰੇ ਕੋਲ 10:58 'ਤੇ ਡਾਕਟਰ ਚਰਨਜੀਤ ਉਰਫ ਚਿੜੀ ਦਾ ਫੋਨ ਆਇਆ ਜੀ, ਵੀ ਇੱਦਾਂ ਕਰਕੇ ਜੀ ਮੈਨੂੰ ਗ੍ਰੀਨ ਹੋਟਲ ਦੇ ਨੇੜੇ ਕਾਲਜ ਰੋਡ 'ਤੇ ਜੀ, ਵਿਦਲੇ ਪਾਸੇ ਵੀ ਜੱਸੀ, ਜੇਜੂ, ਪ੍ਰਦੀਪ, ਪੰਪੀ ਮੈਨਾਂ ਨੇ ਘੇਰ ਲਿਆ ਜੀ, ਵੀ ਤੂੰ ਜਲਦੀ ਆ ਜਾ ਜੀ। ਮੈਂ 5 ਮਿੰਟ ਵਿਦ ਦਿਨ ਪਹੁੰਚ ਗਿਆ ਜੀ ਉੱਥੇ। ਜਦੋਂ ਮੈਂ ਉੱਥੇ ਪਹੁੰਚਿਆ ਜੀ, ਗੱਡੀ ਸਾਈਡ 'ਤੇ ਖੜੀ ਸੀ ਖੱਬੇ ਪਾਸੇ ਜੀ, ਇਹ ਇੱਧਰਲੇ ਪਾਸੇ ਸੱਜੇ ਪਾਸੇ ਜੀ ਇੱਦਾਂ ਪਿਆ ਸੀਗਾ ਜੀ, ਲੱਤ ਪੱਤ ਖੂਨ ਨਾਲ ਜੀ। ਅਤੇ ਭਾਬੀ ਜੀ ਪੂਜਾ ਜੀ ਪਿੱਛੇ ਕਿਹੜਾ ਨਾਲਾ ਪੈਂਦਾ ਜੀ, 4 ਨੰਬਰ ਗਲੀ ਦੇ ਸਰਦਾਰ ਬਸਤੀ ਜੀ, ਗਲੀ ਨੰਬਰ 4 ਜੀ, ਉਹਦੇ ਨੁੱਕਰ 'ਤੇ ਨਾਲਾ ਜੀ, ਉੱਥੇ ਪਈ ਸੀਗੀ ਜੀ। ਅਤੇ ਇਹ ਮੇਰੇ ਸਾਹਮਣੇ ਜੀ ਬਾਲਮੀਕੀ ਚੌਂਕ ਕਿੰਨੀ ਜੀ ਭੱਜ ਗਈ ਜੀ, ਚਿੱਟੀ ਗੱਡੀ ਸੀ ਜੀ, ਰੈਡ ਕਲਰ ਦੀ ਜੀ। ਤੁਹਾਡੇ ਨਾਲ ਗੱਲ ਹੋਈ ਹੈ ਜਦੋਂ ਪਈ ਸੀਗੀ ਉਹ? ਕੁਛ ਨਹੀਂ ਜੀ, ਨਹੀਂ ਉਦੋਂ ਨਹੀਂ ਗੱਲ ਹੋਈ ਜੀ। ਹਾਂਜੀ, ਕੀ ਮਾਰਿਆ ਉਹਨਾਂ ਨੇ? ਇਹ ਨਹੀਂ ਪਤਾ ਜੀ ਹੁਣ। ਹਾਂਜੀ, ਕਿਸ ਚੀਜ਼ ਦੇ ਨਿਸ਼ਾਨ ਨੇ, ਕੋਈ ਗੋਲੀ ਜਾਂ ਕਿਸੇ ਚੀਜ਼ ਦੀ? ਇੱਥੇ ਤਾਂ ਸ਼ਾਇਦ ਹੋ ਸਕਦਾ ਜੀ ਕਿਰਚੇ ਜਾਂ ਚਾਕੂ ਕੁਛ ਵੀ ਹੋ ਸਕਦਾ ਜੀ, ਸਿਰ 'ਚ ਹੋ ਸਕਦਾ ਜੀ ਗੋਲੀ, ਕਲੀਗਾ ਕੱਟਣੀ। ਰੰਜਿਤ ਸੀ ਜੀ, ਪ੍ਰਦੀਪ ਅਤੇ ਜੱਸੀ ਤੋਂ ਜੀ ਪੈਸਾ ਲੈਣ ਦੇਣ ਸੀ ਜੀ, ਅਪਰੋਕਸੀਮੇਟਲੀ 4-5 ਲੱਖ ਰੁਪਏ ਦਾ ਜੀ। ਅੱਛਾ, ਹਾਂਜੀ। ਅਤੇ ਪੰਪੀ ਦੇ? ਹਾਂਜੀ, ਪੰਪੀ ਉਹਨਾਂ ਦੇ ਨਾਲ ਰਹਿੰਦਾ ਜੀ, ਉਹਨਾਂ ਦੀ ਪੰਪੀ ਨੇ ਉਹਨਾਂ ਨੂੰ ਦੁਕਾਨ ਦਿੱਤੀ ਹੋਈ ਹੈ ਜੀ ਜੱਸੀ ਨੂੰ ਜੀ, ਆਪਣੀ ਜੀ ਉੱਥੇ ਆਪਣੀ ਕਿਸ਼ਨਪੁਰੀ ਜੀ, ਜਿੱਥੇ ਸਿਮੰਟ ਵਾਲੀਆਂ ਦੁਕਾਨਾਂ ਨੇਗੀਆਂ ਜੀ। ਅੱਛਾ ਜੀ, ਹਾਂਜੀ, ਪੰਪੀ ਉਹਨਾਂ ਦੀ ਹਰ ਇੱਕ ਗੱਲ 'ਚ ਪੂਰੀ ਸਪੋਰਟ ਕਰ ਰਿਹਾ ਜੀ। ਠੀਕ ਹੈ, ਪਹਿਲਾਂ ਵੀ ਕਰਦਾ ਸੀਗਾ ਜੀ, ਉਹ ਕਿਸੇ ਟਾਈਮ ਪੰਪੀ ਕੋਲ ਡਰਾਈਵਰ ਵੀ ਹੁੰਦਾ ਸੀਗਾ ਜੀ, ਜਿਸ ਟਾਈਮ ਰਿਲਾਇੰਸ ਪਹਿਲਾਂ ਹੀ ਆਈ ਸੀ ਜੀ ਆਪਣੀ, ਜੇ 500 ਵਾਲੇ ਮੋਬਾਈਲ ਆਏ ਸੀ ਨਾ ਜੀ, ਉਸ ਟਾਈਮ ਇਹਦੇ ਕੋਲ ਡਰਾਈਵਰ ਸੀਗਾ ਜੀ, ਉਹ ਜੱਸੀ ਜੀ। ਹਾਂਜੀ, ਇਕੱਲੀ ਗੱਲ ਤਾਂ ਨਹੀਂ ਪਤਾ ਜੀ, ਰੇਲਵੇ ਬੋਰਡ ਦੇ ਮੈਂਬਰ ਸੀਗੇ ਜੀ। ਅੱਛਾ, ਹਾਂਜੀ, ਰੇਲਵੇ ਬੋਰਡ ਦੇ ਮੈਂਬਰ ਸੀਗੇ ਜੀ। ਅਤੇ ਹਾਂਜੀ, ਹਾਂ, ਸਾਬਕਾ ਮੈਂਬਰ ਜੀ, ਅਕਾਲੀ ਦਲ ਆਉਂਦੇ ਜਾਂਦੇ ਸੀਗੇ ਜੀ ਕਾਫੀ ਟਾਈਮ ਦੇ। ਕੱਲ੍ਹ ਰਾਤ 11 ਵਜੇ ਦੀ ਘਟਨਾ ਹੈਗੀ ਆ। ਚਰਨਜੀਤ, ਡਾਕਟਰ ਚਰਨਜੀਤ ਸੀਗਾ ਅਤੇ ਉਹ ਆਪਣੀ ਵਾਈਫ ਦੇ ਨਾਲ ਆਪਣੀ ਗੱਡੀ 'ਚ ਜਾ ਰਹੇ ਸੀਗੇ, ਤਾਂ ਉਹਨੇ ਆਪਣੇ ਬ੍ਰਦਰ ਨੂੰ ਫੋਨ ਕੀਤਾ ਵੀ ਮੈਨੂੰ 4 ਬੰਦੇ ਆ, ਜਿਨ੍ਹਾਂ 'ਚ ਜੱਸੀ, ਉਸਦਾ ਬ੍ਰਦਰ ਪ੍ਰਦੀਪ, ਜੇਜੂ ਇਲਿਸ, ਜਦੇਵ ਅਤੇ ਆਪਣੇ ਪੰਪੀ ਨੇ ਉਹਨੂੰ ਰਸਤੇ 'ਚ ਘੇਰ ਲਿਆ ਹੈਗਾ, ਤਾਂ ਉਹਨੇ ਲੜਾਈ ਝਗੜਾ ਕਰ ਰਹੇ ਨੇ, ਤੁਸੀਂ ਜਲਦੀ ਮੌਕੇ 'ਤੇ ਆ ਜਾਓ। ਜਦੋਂ ਮੌਕੇ 'ਤੇ ਪੁੱਜਾ ਤਾਂ ਉਹਨੇ ਦੇਖਿਆ ਵੀ ਉਹਦੇ ਬ੍ਰਦਰ ਦਾ ਅਤੇ ਉਸਦੀ ਜਿਹੜੀ ਉਹਦੀ ਭਾਬੀ ਜੀ ਸੀ ਪੂਜਾ, ਉਹਦਾ ਉੱਥੇ ਮਰਡਰ ਹੋਇਆ ਪਿਆ ਸੀਗਾ ਅਤੇ ਕੋਲ ਉਹਨਾਂ ਦੀ ਗੱਡੀ ਖੜੀ ਸੀਗੀ। ਅਤੇ ਪੋਸੀਬਿਲਟੀ ਅਸੀਂ ਉਹਦੇ ਪੋਸਟਮਾਰਟਮ ਕਰਵਾ ਰਹੇ ਹੈਗੇ, ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕਿਸ ਚੀਜ਼ ਦਾ ਉਹਦਾ ਚੀਜ਼ ਹੈਗੀ ਆ, ਪੋਸੀਬਿਲਟੀ ਹੈਗੀ ਆ, ਇਹ ਫਾਇਰ ਆਰਮ ਯੂਜ ਹੋਣ ਦੀ ਵੀ ਪੋਸੀਬਿਲਟੀ ਹੈਗੀ, ਕਿਉਂਕਿ ਸਾਨੂੰ ਮੌਕੇ ਤੋਂ ਖੋਲ ਵੀ ਮਿਲੇ ਨੇ। ਪਰ ਅਸੀਂ ਜਗ੍ਹਾ ਹੈਗੀ ਕਾਲਜ ਰੋਡ ਹੈ ਜੀ, ਸੰਗਰੂਰ ਦੇ ਕਾਲਜ ਰੋਡ ਤੋਂ ਗਲੀ ਨੰਬਰ 4 ਸਰਦਾਰ ਨਗਰ ਦੀ ਇਹ ਘਟਨਾ ਹੈਗੀ। ਨਹੀਂ ਜੀ, ਉਹ ਕਾਲ ਵੈਸੇ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਅਤੇ ਆਪਣੀ ਗੱਡੀ ਲੈ ਕੇ ਵੈਸੇ ਬਾਜ਼ਾਰ 'ਚ ਘੁੰਮਣ ਜਾ ਰਹੇ ਸੀ। ਉਹਨਾਂ ਬਾਰੇ ਹਜੇ ਜੋ ਸਾਡੇ ਕੋਲ ਇਨਫੋਰਮੇਸ਼ਨ ਇਹੀ ਆਈ ਹੈ ਵੀ ਉਹ ਗੱਡੀ 'ਚ ਹੀ ਆਈ ਸੀਗੇ ਜੀ। ਪੋਸੀਬਿਲਟੀ ਹੋਰ ਵੀ ਵਹੀਕਲ ਅਗਰ ਇਸ 'ਚ ਯੂਜ਼ ਹੋਇਆ ਉਹਨਾਂ ਤੋਂ ਵੀ ਅਸੀਂ ਪਤਾ ਲਾ ਰਹੇ ਹਾਂ, ਤਾਂ ਅਸੀਂ ਆਸ ਪਾਸ ਦੇ ਜਿੰਨੇ ਵੀ CCTV ਫੁਟੇਜ ਆ ਅਸੀਂ ਉਹ ਹਾਸਿਲ ਕਰਕੇ ਦੇਖ ਰਹੇ ਹਾਂ।